ਹਾਂਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਗੁਰਦੀਪ ਸਿੰਘ ਦੀਪਕ ਜੀ ਕਿੱਧਰੋਂ ਆਇਓ ਜੀ ਅਸੀਂ ਲੋਹਿਆ ਖਾਸ ਤੋਂ ਜੀ ਸ਼ਾਹਕੋਟ ਇਲਾਕਾ ਜੀ ਸਾਡਾ ਕਿੱਨੇ ਕੋਈ ਨਿਕਲੇ ਸਿਰ ਸਾਰੇ ਅਸੀਂ ਸਵੇਰੇ ਨਿਕਲ ਪਏ ਸੀ ਘਰੋਂ ਜੀ ਸਾਢੇ 1:7 ਵਜੇ ਤਕਰੀਬਨ ਹਾਂਜੀ ਸਾਢੇ 7 ਵਜੇ ਬਹੁਤ ਖੁਸ਼ੀ ਆ ਜੀ ਅੱਜ ਸਾਡੇ ਇੱਥੇ ਆ ਕੇ ਕਹਿੰਦੇ ਭੀੜ ਬੜੀ ਆ ਇੱਥੇ ਰਸ਼ ਬੜਾ ਪਿਆ ਪਿਆ ਧੁੱਪੇ ਖੜੇ ਆ ਅਸੀਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਮੰਨਦੇ ਵਿੱਚ ਬਿਲਕੁਲ ਨਹੀਂ ਜੀ ਬੜੀ ਖੁਸ਼ੀ ਆ ਜੀ ਵਿਆਹ ਤੋਂ ਵੀ ਵੱਧ ਖੁਸ਼ੀ ਆ ਅੱਜ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਭਗਵੰਤ ਸਿੰਘ ਜੀ ਮਾਨ ਪੌਣੇ 3 ਕਰੋੜ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਸੌ ਚੁੱਕਣਗੇ ਜੀ ਤੇ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਜਾਣਗੇ ਇੱਕ ਸ਼ੇਅਰ ਬੋਲूंगा ਜੀ ਕੰਡਿਆਂ ਤੋਂ ਪਰੇ ਵਸਦਾ ਗੁਲਾਬ ਹੁੰਦਾ ਕੋਲਿਆਂ ਤੇ ਰੱਖ ਕੇ ਦੇਖ ਲਓ ਗੰਧਕ ਵਿੱਚ ਤਹਜ਼ਾਬ ਹੁੰਦਾ ਜਦੋਂ ਗਰੀਬਾਂ ਦਾ ਲਹੂ ਇੱਕ ਹੋ ਵਾਲਾ ਖਾ ਜਾਏ ਤਾਂ ਉਹ ਕੌਮਾਂ ਵਿੱਚ ਇਨਕਲਾਬ ਹੁੰਦਾ ਜਦੋਂ ਮਜ਼ਦੂਰ ਕਿਸਾਨ ਸਾਰੇ ਜਿੰਨੇ ਵੀ ਲੋਕ ਨੇ ਜਦੋਂ ਉਹਨਾਂ ਦੇ ਹੱਕਾਂ ਨੂੰ ਦਬਾਇਆ ਜਾਂਦਾ ਜੀ ਉਦੋਂ ਜਦੋਂ ਉੱਠ ਪੈਣ ਤੇ ਫਿਰ ਇਨਕਲਾਬ ਲੈ ਆਉਂਦੇ ਆ ਜੀ ਆ ਇਨਕਲਾਬ ਆ ਜੀ ਦੇਖੋ ਜਿੱਧਰ ਦੇਖੋ 5 6 ਲੱਖ ਦੀ ਗਿਣਤੀ ਆ ਤਕਰੀਬਨ ਅਸੀਂ 6 7 ਕਿਲੋਮੀਟਰ ਤੁਰ ਕੇ ਆਏ ਆ ਜੀ ਹਾਂਜੀ ਜਿੰਨਾ ਜੋਸ਼ 6 7 ਕਿਲੋਮੀਟਰ ਤੁਰ ਕੇ ਆਏ ਤੁਰ ਕੇ ਆਏ ਜੀ ਹਾਂਜੀ ਕਿਉਂਕਿ ਜਿੰਨਾ ਇਕੱਠ ਅੰਦਰ ਪੰਡਾਲ ਚ ਆ ਉਹ ਤੋਂ ਦੁੱਗਣਾ ਬਾਹਰ ਆ ਹਾਂਜੀ ਹਾਂਜੀ ਦੁੱਗਣਾ ਤਿੱਗਣਾ ਜੀ ਅਸੀਂ ਸਾਰੇ ਘੁੰਮ ਕੇ ਆਏ ਆ ਜੀ ਉਧਰੋਂ ਬਾਹਰ ਸਕਰੀਨਾਂ ਲੱਗੀਆਂ ਜੀ ਉਧਰ ਵੀ ਇੰਨੀ ਸੰਗਤ ਬੈਠੀ ਆ ਬਹੁਤ ਜ਼ਿਆਦੀ ਦੇਖਣ ਵਾਸਤੇ ਜੀ ਅਸੀਂ ਅੰਦਰੋਂ ਆਏ ਆ ਕਿਉਂਕਿ ਅੰਦਰ ਵੀ ਬਹੁਤ ਇਕੱਠਾ ਹੈ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਇਕੱਠੀ ਤੇ ਕੇਜਰੀਵਾਲ ਸਾਹਿਬ ਨੂੰ ਉਹਨਾਂ ਦਾ ਇੱਕ ਇੱਕ ਬੋਲ ਸੁਣਨ ਵਾਸਤੇ ਲੋਕ ਤਿਆਰ ਆ ਜੀ ਪੰਜਾਬ ਹਣ ਨਵੀਆਂ ਲੀਆਂ ਤੇ ਜਾਊਗਾ ਜੀ ਇਹ ਖੁਸ਼ੀ ਆ ਜੀ ਕਿਉਂਕਿ ਵੋਟਾਂ ਪਾ ਕੇ ਸਭ ਨੇ ਕਾਮਯਾਬ ਕੀਤਾ ਇਨੀ ਵੱਡੀ ਬਹੁਮਤ ਦਿੱਤੀ ਹੈ ਭਾਵੇਂ 65 66 ਸੀਟਾਂ ਮਾਲਵੇ ਤੋਂ ਆਈਆਂ ਸਾਡੇ ਦੁਆਬੇ ਤੋਂ ਭਾਵੇਂ 10 ਕ ਸੀਟਾਂ ਹੀ ਆਈਆਂ ਪਰ ਫੇ ਵੀ ਸਾਨੂੰ ਬਹੁਤ ਵੱਡਾ ਮਾਣ ਆ 92 ਸੀਟਾਂ ਆ ਗਈਆਂ ਨੇ ਪਾਰਟੀ ਦੀਆਂ ਆ ਗਈਆਂ ਜੀ 92 ਸੀਟਾਂ ਲੈ ਕੇ ਬਹੁਤ ਬਹੁਤ ਮਤ ਨਾਲ ਜਿੱਤੇ ਠੀਕ ਹੁਣ ਆਪ ਇੱਕ ਸਮਰਥਕ ਸੀਗੇ ਆਵਾਦੂ ਪਾਰਟੀ ਦੇ ਕਹਿੰਦੇ ਧੁੱਪ ਦਾ ਤਾਂ ਕੋਈ ਗਿਲਾ ਹੀ ਨਹੀਂ ਕਹਿੰਦੇ ਰਾਤ ਨੂੰ ਰਹਿਣਾ ਪਏ ਰਾਤ ਨੂੰ ਵੀ ਪੈ ਜਾਗੇ ਅੱਥੀ ਪੈ ਜਾਗੇ ਕਹਿੰਦੇ ਹਾਂਜੀ ਨਹੀਂ ਧੁੱਪ ਦਾ ਕੋਈ ਗੱਲ ਨਹੀਂ ਜੀ ਆਪਾਂ ਤਕਰੀਬਨ ਇੱਕ ਸਾਲ ਉੱਥੇ ਦਿੱਲੀ ਮੋਰਚੇ ਲਾਏ ਆ ਜੀ ਉੱਥੇ ਵੀ ਇਦਾਂ ਹੀ ਮਾਈਗਰੂ ਦੀ ਕਿਰਪਾ ਨਾਲ ਕੋਈ ਪਰਵਾਹ ਹੀ ਨਹੀਂ ਜੀ ਪੰਜਾਬੀਆਂ ਨੂੰ ਧੁੱਪ ਛਾਂ ਨਾਲ ਕੁਝ ਨਹੀਂ ਜੀ ਰਹਿੰਦੇ ਧੁੱਪ ਛਾਂ ਦੇ ਵਿੱਚ ਇਹਨਾਂ ਨੂੰ ਕਿਸੇ ਹਨੇਰੀਆਂ ਨਾਲ ਨਹੀਂ ਜੀ ਇਹ ਜੋਗ ਪਲਟਾਉ ਆ ਜੀ ਪੰਜਾਬ ਦੀ ਧਰਤੀ ਇਦਾਂ ਦੀ ਹੈ ਜੀ ਪੰਜਾਬ ਦੀ ਧਰਤੀ ਪੰਜਾਬ ਦੇਸ਼ ਪਰਵਾਨਿਆਂ ਦਾ ਸੂਰਮਤਾਈ ਨੂੰ ਜਿਹਦੇ ਤੇ ਮਾਣ ਹੋਇਆ ਹੱਦਾਂ ਉੱਤੇ ਪੰਜਾਬ ਦੀ ਰਤ ਡੁੱਲੀ ਤੇ ਸੁਰਖਰੂ ਸਾਰਾ ਹਿੰਦੁਸਤਾਨ ਹੋਇਆ ਇਹਨੇ ਸਾਰੇ ਹਿੰਦੁਸਤਾਨ ਨੂੰ ਯਾਦੀ ਦਿਵਾਤੀ ਜੀ ਪੰਜਾਬ ਨੇ ਤੇ ਅੱਜ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਾਰੇ ਵਰਲਡ ਚ ਹੁੰਦੀ ਹੈ ਸਾਰਾ ਵਰਲਡ ਦੇਖ ਰਿਹਾ ਜੀ ਬੜੀ ਖੁਸ਼ੀ ਹੈ ਜੀ ਧੰਨਵਾਦ ਜੀ ਤੁਹਾਡੇ ਇਸ ਚੈਨਲ ਦਾ ਕਿ ਤੁਸੀਂ ਸਾਨੂੰ ਸਮਾਂ ਬਖਸ਼ਿਆ ਸੀ ਫੈਰ ਰਹੇ ਸੀ ਦੇਖ ਰਹੇ ਸੀ ਜੀ ਘੁੰਮ ਫਿਰ ਕੇ ਥੈਂਕ ਯੂ ਸਰ ਚਲੋ ਜੀ